ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ। ਦੋਸਤੋ, ਅੱਜ ਮੈਂ ਇੱਕ ਬੜੇ ਗੰਭੀਰ ਵਿਸ਼ੇ 'ਤੇ ਤੁਹਾਡੇ ਨਾਲ ਗੱਲ ਕਰਨੀ ਹੈ। ਜਿਹੜਾ ਪੰਜਾਬ ਹੈ, ਅੱਜ ਕੱਲ੍ਹ ਬਹੁਤ ਡੂੰਘੀਆਂ ਸਮੱਸਿਆਵਾਂ ਦੇ ਵਿੱਚੋਂ ਗੁਜ਼ਰ ਰਿਹਾ। ਘਰ ਘਰ ਨੌਕਰੀਆਂ ਦੇ ਵਾਅਦੇ ਹਵਾ ਹੋ ਗਏ, ਕਿਸਾਨਾਂ ਦੇ ਕਰਜ਼ੇ ਮਾਫ਼ ਹੋਣ ਦੀ ਗੱਲ ਪਤਾ ਹੀ ਨਹੀਂ ਕਿੱਥੇ ਰਹਿ ਗਈ, ਖੁਦਕੁਸ਼ੀਆਂ ਉਵੇਂ ਜਿਵੇਂ ਜਾਰੀ ਨੇ, ਮਾਈਨਿੰਗ ਰੇਤ ਮਾਫੀਆ ਜਿਹੜਾ ਉਹਦੀ ਜਿਹੜੀ ਲੁੱਟ ਦੀ ਗੂੰਜ ਹੈ ਉਹ ਹਾਈ ਕੋਰਟ ਨੇ CBI ਤੱਕ ਪਹੁੰਚਾਤੀ, ਅਤੇ ਲੁੱਟ ਉਵੇਂ ਜਿਵੇਂ ਜਾਰੀ ਹੈ। ਜ਼ਹਿਰਾਂ ਜਿਹੜੀਆਂ ਵੰਡ ਕੇ ਕਿਵੇਂ ਮਾਝੇ ਦੀ ਧਰਤੀ 'ਤੇ 150 ਦੇ ਕਰੀਬ ਲੋਕਾਂ ਦੀਆਂ ਜਾਨਾਂ ਗਈਆਂ, ਕਰੋਨਾ ਜਿਹੜਾ ਉਹਦਾ ਡੈਥ ਰੇਟ ਜਿਹੜਾ ਉਹ ਪੰਜਾਬ ਦੇ ਵਿੱਚ ਬਹੁਤ ਹਾਈ ਹੈ। ਵੱਡੇ ਵੱਡੇ ਅਫਸਰ ਅਤੇ ਮੰਤਰੀ ਵੀ ਉਹਦਾ ਸ਼ਿਕਾਰ ਹੋ ਰਹੇ ਨੇ। ਜਿਹੜੀ ਕੇਂਦਰ ਸਰਕਾਰ ਹੈ ਉਹ ਆਰਡੀਨੈਂਸ ਜਾਰੀ ਕਰਕੇ ਰਾਜਾਂ ਤੋਂ ਅਧਿਕਾਰ ਖੋ ਰਹੀ ਹੈ। ਸੋ ਬਹੁਤ ਵੱਡੇ ਵੱਡੇ ਮਸਲੇ ਜਿਹੜੇ ਨੇ ਉਹਨਾਂ ਵਿੱਚ ਦੀ ਪੰਜਾਬ ਅੱਜ ਲੰਘ ਰਿਹਾ। ਤਾਂ ਇਹਦੀ ਜਵਾਬਦੇਹੀ ਜਿਹੜੀ ਹੈ ਉਹ ਬਣਦੀ ਹੈ ਸਟੇਟ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਜੀ ਦੀ, ਅਤੇ ਜਵਾਬ ਵਿਰੋਧੀ ਧਿਰਾਂ ਦਾ ਫਰਜ਼ ਬਣਦਾ ਜਵਾਬ ਮੰਗਣਾ ਕਿ ਦੱਸੋ ਜੀ ਇਹਦਾ ਜਵਾਬ ਦਿਓ, ਕੀ ਤੁਹਾਡੇ ਕੋਲ ਜਵਾਬ ਹੈ, ਇਹਦਾ ਹੱਲ ਕੀ ਹੈ। ਉਹ ਜਵਾਬਦੇਹੀ ਦਾ ਸਭ ਤੋਂ ਵਧੀਆ ਜਿਹੜਾ ਸਾਧਨ ਹੈ ਲੋਕਤੰਤਰ 'ਚ ਉਹ ਵਿਧਾਨ ਸਭਾ ਅਤੇ ਲੋਕ ਸਭਾ। ਉੱਥੇ MLA ਅਤੇ MP ਨੂੰ ਲੋਕ ਇਸ ਕਰਕੇ ਚੁਣ ਕੇ ਭੇਜਦੇ ਨੇ ਤਾਂ ਕਿ ਉਹ ਆਪਣੇ ਦੇਸ਼ ਦੇ, ਆਪਣੀ ਸਟੇਟ ਦੇ, ਆਪਣੇ ਹਲਕੇ ਦੇ ਮੁੱਦਿਆਂ ਨੂੰ ਉੱਥੇ ਉਠਾ ਸਕਣ, ਜਵਾਬ ਮੰਗ ਸਕਣ, ਅਤੇ ਮੰਤਰੀ ਮੌਕੇ 'ਤੇ ਜਵਾਬ ਦੇਣ, ਲਿਖਤੀ ਰੂਪ 'ਚ ਬਾਅਦ 'ਚ ਜਵਾਬ ਆ ਜਾਣ, ਤਾਂ ਕਿ ਦੱਸ ਸਕੀਏ ਕਿ ਹਾਂ ਅਸੀਂ ਆਪਣਾ ਫਰਜ਼ ਨਿਭਾ ਰਹੇ। ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਮੌਨਸੂਨ ਸੈਸ਼ਨ 28 ਅਗਸਤ ਨੂੰ, ਸਿਰਫ ਇੱਕ ਦਿਨ ਦਾ। ਉਹਦੇ 'ਚ ਵੀ 11 ਵਜੇ ਸ਼ੁਰੂ ਕੁਛ ਸ਼ਰਧਾਂਜਲੀਆਂ ਹੋਣਗੀਆਂ, 1 ਵਜੇ ਲੰਚ ਟਾਈਮ, ਉਹ ਤੋਂ ਬਾਅਦ ਫਿਰ ਦੋ ਤਿੰਨ ਘੰਟੇ, ਯਾਨੀ ਕਿ 4-5 ਘੰਟਿਆਂ ਦਾ ਸੈਸ਼ਨ ਹੈ। ਕੈਪਟਨ ਸਾਹਿਬ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ 4-5 ਘੰਟਿਆਂ 'ਚ ਆਪਾਂ ਕਿਹੜੇ ਮੁੱਦੇ ਡਿਸਕਸ ਕਰ ਲਾਂਗੇ, ਕਿਹੜੇ ਮੁੱਦਿਆਂ 'ਤੇ ਬਹਿਸ ਹੋ ਜੂਗੀ, ਕਿੰਨੇ ਕੁ ਤੁਸੀਂ ਜਿਹੜੇ ਤੁਹਾਡੇ ਮੰਤਰੀ ਨੇ ਉਹ ਵੱਖ ਵੱਖ ਮਹਿਕਮਿਆਂ ਦੇ ਉਹ ਜਵਾਬ ਦੇ ਦੇਣਗੇ। ਸੋ ਕਿਰਪਾ ਕਰਕੇ ਜਵਾਬਦੇਹੀ ਤੋਂ ਨਾ ਭੱਜੋ। ਮੈਂ ਇੱਕ ਐਗਜ਼ਾਮਪਲ ਦਿੰਦਾ, 13 ਸਤੰਬਰ 2016 ਦੀ ਆਹ ਫੋਟੋ ਹੈ, ਜਦੋਂ ਕਾਂਗਰਸ ਵਿਰੋਧੀ ਪਾਰਟੀ ਸੀ, ਅਕਾਲੀ ਦਲ ਦੀ ਸਰਕਾਰ ਸੀ। ਆਹ ਜਿਹੜੇ ਵਿਧਾਨ ਸਭਾ ਦੇ ਵਿੱਚ ਮਤਲਬ ਲੇਟ ਰਹੇ ਨੇ ਬਿਸਤਰੇ ਲਾ ਕੇ, ਇਹ ਕਾਂਗਰਸ ਦੇ MLA ਨੇ। ਇਹ ਇਹਨਾਂ ਵਿੱਚ ਸੁਨੀਲ ਜਾਖੜ ਵੀ ਹੈ, ਚੰਨੀ ਜੀ ਵੀ ਨੇ, ਅਤੇ ਇਹ ਅਖਬਾਰਾਂ ਛਪੀਆਂ ਹੋਈਆਂ ਫੋਟੋਆਂ ਨੇ। ਆਹ ਰਾਜਾ ਵੜਿੰਗ ਜੀ ਵਿਧਾਨ ਸਭਾ ਦੇ ਬਾਥਰੂਮ 'ਚ ਬਰੱਸ਼ ਕਰ ਰਹੇ ਨੇ, ਅਤੇ ਆਹ ਫਿਰ ਉਹੀ ਵਿਧਾਨ ਸਭਾ ਦੇ ਵਿੱਚ ਹੀ ਉਹ ਫਰਸ਼ 'ਤੇ ਕਹਿੰਦੇ ਅਸੀਂ ਸੌਵਾਂਗੇ। ਇਹਨਾਂ ਕਾਂਗਰਸੀ ਵਿਧਾਇਕਾਂ ਨੇ ਰਾਤ ਕੱਟੀ ਸੀ ਵਿਧਾਨ ਸਭਾ 'ਚ, ਇਸ ਕਰਕੇ ਕਿ ਜੀ ਸਾਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਡਿਸਕਸ਼ਨ ਦਾ, ਸੈਸ਼ਨ ਵਧਾਓ, ਵਿਧਾਨ ਸਭਾ ਦਾ ਸੈਸ਼ਨ ਲੰਬਾ ਕਰੋ। ਸੁਨੀਲ ਜਾਖੜ ਜੀ ਵੀ ਉਸ ਦਿਨ ਇੱਥੇ ਮੌਜੂਦ ਸੀ। ਸੁਨੀਲ ਜਾਖੜ ਜੀ ਅੱਜ ਪ੍ਰਧਾਨ ਨੇ, ਮੈਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ, ਵਿਰੋਧੀ ਪਾਰਟੀ। ਸੁਨੀਲ ਜਾਖੜ ਜੀ ਜਵਾਬ ਦੇ ਦੇਣਗੇ ਕਿ ਹੁਣ ਸੈਸ਼ਨ ਜਿਹੜਾ ਉਹ ਕੁਛ ਘੰਟਿਆਂ ਦਾ ਹੀ ਰਹਿ ਗਿਆ, ਅਤੇ ਹੁਣ ਫਿਰ ਤੁਸੀਂ ਕੋਈ ਵਿਰੋਧ ਕਰੋਗੇ, ਜਾਂ ਤੁਸੀਂ ਆਪਣੀ ਪਾਰਟੀ ਦੇ MLA ਨੂੰ ਜਾਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਨੂੰ ਕਹੋਗੇ ਕਿ ਸੈਸ਼ਨ ਵਧਾਇਆ ਜਾਵੇ? ਅਤੇ ਇਹੀ ਕਾਂਗਰਸ ਜਿਹੜੀ ਹੈ ਵਿਰੋਧੀ ਧਿਰ 'ਚ ਹੈ, ਸੈਂਟਰ 'ਚ, ਉੱਥੇ ਇਹ ਜਦੋਂ ਵੀ ਸੈਸ਼ਨ ਸ਼ੁਰੂ ਹੁੰਦਾ ਤਾਂ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਪੀਕਰ ਕੋਲ ਮੈਮੋਰੈਂਡਮ ਦਿੰਦੀ ਹੈ, ਜੀ ਸੈਸ਼ਨ ਛੋਟਾ ਹੋ ਗਿਆ ਜੀ, ਮੌਨਸੂਨ ਸੈਸ਼ਨ ਹੋਰ ਵਧਾਓ ਜੀ, ਪਹਿਲਾਂ ਇਹ 2 ਮਹੀਨੇ ਦਾ ਹੁੰਦਾ ਸੀ ਜੀ, ਹੁਣ ਤੁਸੀਂ 25 ਦਿਨ ਦਾ ਕਰਤਾ ਜੀ। ਸੋ ਮਤਲਬ ਇਹ ਕਿ ਭਾਵੇਂ ਅਕਾਲੀ ਦਲ ਹੈ, ਭਾਵੇਂ BJP ਹੈ, ਭਾਵੇਂ ਕਾਂਗਰਸ ਹੈ, ਇਹ ਲੋਕਤੰਤਰ ਦਾ ਫਿਕਰ ਇਹਨਾਂ ਨੂੰ ਉਦੋਂ ਹੀ ਹੁੰਦਾ ਜਦੋਂ ਇਹ ਵਿਰੋਧੀ ਪਾਰਟੀ 'ਚ ਹੋਣ। ਲੋਕਾਂ ਦੇ ਮਸਲੇ ਡਿਸਕਸ ਕਰਨ ਦੀ ਰੀਝ ਜਾਂ ਇੱਛਾ ਇਹਨਾਂ ਨੂੰ ਉਦੋਂ ਹੀ ਪ੍ਰਗਟ ਹੁੰਦੀ ਹੈ ਜਦੋਂ ਇਹ ਵਿਰੋਧੀ ਪਾਰਟੀ 'ਚ ਹੋਣ। ਜਦੋਂ ਸੱਤਾ 'ਚ ਹੁੰਦੇ ਨੇ ਉਦੋਂ ਫਿਰ ਇਹ ਜਵਾਬ ਦੇਣ ਤੋਂ ਭੱਜਦੇ ਨੇ, ਉਦੋਂ ਸੱਚਾਈ ਤੋਂ ਮੂੰਹ ਮੋੜਦੇ ਨੇ। ਸੋ ਕੈਪਟਨ ਸਾਹਿਬ, ਤੁਸੀਂ
ਸਿਸਮਾ ਵਾਲੇ ਫਾਰਮ ਹਾਊਸ ਦੇ ਵਿੱਚ ਬੈਠੇ ਹੋ, ਜੇ ਤੁਸੀਂ ਫਾਰਮ ਹਾਊਸ ਚੋਂ ਬਾਹਰ ਨਹੀਂ ਨਿਕਲਣਾ ਤਾਂ ਫਾਰਮ ਹਾਊਸ ਤਾਂ ਤੁਸੀਂ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਬਣਾਇਆ, ਉਹ ਕਿਲਾ ਜਿਹੜਾ ਬਣਾਇਆ, ਤੇ ਜੋ ਤੁਹਾਨੂੰ ਪਤਾ ਹੀ ਸੀ ਕਿ ਮੈਂ ਬਾਹਰ ਨਿਕਲਣਾ ਹੀ ਨਹੀਂ, ਫਿਰ ਵਿਧਾਨ ਸਭਾ ਵੀ ਫਾਰਮ ਹਾਊਸ ਦੇ ਵਿੱਚ ਹੀ ਬਣਾ ਲੈਂਦੇ, ਉੱਥੇ ਆ ਜਾਂਦੇ ਅਸੀਂ ਜਦੋਂ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਦੱਸਣ ਲਈ ਤੁਹਾਨੂੰ ਕਿ ਪੰਜਾਬ ਦੀ ਜਨਤਾ ਸੜਕਾਂ 'ਤੇ ਤਰ੍ਹਾਂ ਤਰ੍ਹਾਂ ਕਰ ਰਹੀ ਹੈ ਤਾਂ ਸਾਨੂੰ ਤੁਸੀਂ ਗ੍ਰਿਫਤਾਰ ਕਰਕੇ ਥਾਣੇ 'ਚ ਭੇਜ ਦਿੰਦੇ ਹੋ, ਜਵਾਬ ਹੈ ਕੋਈ ਤੁਹਾਡੇ ਕੋਲ? ਮਤਲਬ ਲੋਕਤੰਤਰ ਦੀ ਹੱਤਿਆ ਜਿਹੜੀ ਹੈ ਉਹ ਕਰ ਰਹੀ ਹੈ ਪੰਜਾਬ ਗੌਰਮੈਂਟ। ਮੌਨਸੂਨ ਸੈਸ਼ਨ ਸਿਰਫ 3-4 ਘੰਟਿਆਂ ਦਾ, ਇੰਨਾ ਚਿਰ ਤਾਂ ਫਿਲਮ ਦੇਖਣ ਜਾਈਏ 2.5 ਘੰਟੇ ਦੀ ਤਾਂ ਫਿਲਮ ਹੁੰਦੀ ਹੈ, ਅੱਧਾ ਘੰਟਾ ਪਹਿਲਾਂ ਜਾ ਕੇ ਟਿਕਟਾਂ ਲੈਂਦੇ ਹਾਂ, ਤਾਂ ਇੰਨਾ ਟਾਈਮ ਤਾਂ ਇੱਕ ਫਿਲਮ ਦੇ ਸ਼ੋਅ 'ਤੇ ਲੱਗ ਜਾਂਦਾ, ਅਤੇ ਤੁਸੀਂ ਫਿਰ ਪੰਜਾਬ ਦੇ ਮਸਲਿਆਂ ਨੂੰ ਇੱਕ ਫਿਲਮ ਦੇ ਸ਼ੋਅ ਜਿੰਨਾ ਹੀ ਸਮਝਦੇ ਹੋ ਬਸ। ਸੋ ਇਹਦੀ ਜਵਾਬਦੇਹੀ ਤੁਹਾਡੀ ਬਣਦੀ ਹੈ, ਨਹੀਂ ਤਾਂ ਫਿਰ ਸਿਸਮਾ ਫਾਰਮ ਹਾਊਸ ਨੂੰ ਅਸੀਂ ਫੇਰ ਆਵਾਂਗੇ, ਪੰਜਾਬ ਦੇ ਲੋਕ ਆਉਣਗੇ ਸਿਸਮਾ ਫਾਰਮ ਹਾਊਸ ਵੱਲ ਕਿ ਜੀ ਅਸੀਂ ਜਿਹੜੇ ਨੁਮਾਇੰਦੇ ਚੁਣ ਕੇ ਭੇਜੇ ਨੇ ਤੁਸੀਂ ਉਹਨਾਂ ਨੂੰ ਕਿਤੇ ਬੋਲਣ ਦਾ ਮੌਕਾ ਤਾਂ ਦਿਓ, ਜਿਹੜੇ ਉਹ ਮੁੱਦੇ ਉਠਾਉਂਦੇ ਨੇ ਉਹਦਾ ਕੋਈ ਜਵਾਬ ਤਾਂ ਦਿਓ, ਔਰ ਜਵਾਬ ਦੇਣ ਵਾਸਤੇ ਕੋਈ ਵਿਧਾਨ ਸਭਾ ਦਾ ਸੈਸ਼ਨ ਤਾਂ ਬੁਲਾਓ। ਮੌਨਸੂਨ ਸੈਸ਼ਨ ਕਿੰਨੇ ਚਿਰ ਦਾ? 3-4 ਘੰਟਿਆਂ ਦਾ। ਅਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਪੈਸ਼ਲ ਸੈਸ਼ਨ ਬੁਲਾ ਕੇ ਖੇਤੀ ਦਾ ਜਿਹੜਾ ਖਰੀਦ ਤੋੜਨ ਦਾ ਅਤੇ ਪ੍ਰਾਈਵੇਟ ਪਲੇਅਰਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਵੱਡੇ ਵੱਡੇ ਕੋਲੈਸਟਰੋਲ ਬਣਾ ਕੇ ਦੇਣ ਦਾ ਜਿਹੜਾ ਆਰਡੀਨੈਂਸ ਜਾਰੀ ਕੀਤਾ ਕਿਸਾਨਾਂ ਦਾ ਗਲ ਘੁੱਟਣ ਵਾਲਾ, ਉਹਨੂੰ ਅਸੀਂ ਰੱਦ ਕਰਾਂਗੇ, ਉਹਦੀ ਕੋਈ ਗੱਲਬਾਤ ਨਹੀਂ। ਜਿਹੜੇ ਯੂਨੀਅਨਾਂ ਫਿਰਦੀਆਂ ਸੜਕਾਂ 'ਤੇ ਉਹਨਾਂ ਦਾ ਕੋਈ ਮਸਲਾ ਡਿਸਕਸ ਨਹੀਂ ਹੋ ਸਕਦਾ। ਸੋ ਮੁਲਾਜ਼ਮ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਸਿਰਫ ਅਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਰਾਜੇ ਹੋ, ਤੁਸੀਂ ਬਸ ਸਿਰਫ ਆਪਣੇ ਮਹਿਲ ਦੇ ਅੰਦਰੋਂ, ਬਾਕੀ ਪੰਜਾਬ ਦੀ ਸਾਰੀ ਜਨਤਾ ਸੜਕਾਂ 'ਤੇ ਹੈ। ਇਹਦਾ ਜਵਾਬ ਤੁਹਾਨੂੰ ਦੇਣਾ ਪਊਗਾ। ਇਹ ਜਿਹੜਾ ਸੈਸ਼ਨ ਹੈ ਇਹਨੂੰ ਲੰਬਾ ਕਰਨ ਦੀ ਮੰਗ ਕਰਦੇ ਹਾਂ ਜਿੰਨਾ ਚਿਰ ਸਾਰੇ ਪੰਜਾਬ ਦੇ ਮਸਲੇ ਡਿਸਕਸ ਨਾ ਹੋ ਜਾਣ। ਤੁਸੀਂ ਬਜਟ ਸੈਸ਼ਨ ਦੇ ਵਿੱਚ ਵੀ ਪੂਰੇ ਦਿਨ ਆਏ ਨਹੀਂ ਸੀਗੇ, ਥੋੜ੍ਹਾ ਚਿਰ ਆ ਕੇ ਤੁਸੀਂ ਹਾਜ਼ਰੀ ਲਾ ਕੇ ਚਲੇ ਜਾਂਦੇ ਹੋ, ਅਤੇ ਤੁਸੀਂ ਪਾਰਲੀਮੈਂਟ ਜਦੋਂ ਚੁਣੇ ਗਏ ਸੀਗੇ ਅੰਮ੍ਰਿਤਸਰ ਤੋਂ, 2.5 ਸਾਲ ਤੱਕ ਵੀ ਪਾਰਲੀਮੈਂਟ ਸਾਡੇ ਕੁਲੀਗ ਰਹੇ ਹੋ, ਨਾਲ ਰਹੇ ਹੋ, ਅਤੇ ਸਭ ਤੋਂ ਘੱਟ ਇੰਡੀਆ ਦੇ ਵਿੱਚ ਸਭ ਤੋਂ ਘੱਟ ਹਾਜ਼ਰੀ ਤੁਹਾਡੀ ਸੀ 6%। ਨਾ ਤੁਸੀਂ ਉੱਥੇ ਜਾਂਦੇ ਹੋ, ਨਾ ਇੱਥੇ ਵਿਧਾਨ ਸਭਾ ਬੁਲਾਉਂਦੇ ਹੋ, ਫਿਰ ਵੋਟਾਂ 'ਚ ਕਾਹਦੇ ਵਾਸਤੇ ਖੜ੍ਹੇ ਹੁੰਦੇ ਹੋ? ਇਸ ਗੱਲ ਦਾ ਜਵਾਬ ਤੁਹਾਨੂੰ ਦੇਣਾ ਪਊਗਾ। ਆਮ ਆਦਮੀ ਪਾਰਟੀ ਵਿਰੋਧੀ ਧਿਰ ਦਾ ਰੋਲ ਨਿਭਾਊਗੀ, ਅਤੇ ਆਹ ਜਿਹੜੇ ਤੁਸੀਂ ਤੁਹਾਡੇ ਜਿਹੜੇ MLA ਨੇ, ਇਹਨਾਂ 'ਚੋਂ ਅੱਧੇ ਤੋਂ ਵੱਧ MLA ਹਜੇ ਵੀ ਨੇ, ਅਸੀਂ ਉਹਨਾਂ ਨੂੰ ਵੀ ਪੁੱਛਾਂਗੇ ਕਿ ਹੁਣ ਕੀ ਖਿਆਲ ਹੈ ਤੁਹਾਡਾ, ਹੁਣ ਲਿਆਉਂਗੇ ਤੁਸੀਂ ਤੇ ਸਰਾਣੇ ਲਿਆਉਂਗੇ ਉੱਥੇ ਬਿਸਤਰੇ ਕਿ ਹਾਂਜੀ ਸੈਸ਼ਨ ਵਧਾਓ, ਕਿਉਂਕਿ ਮਸਲੇ ਤਾਂ ਤੁਹਾਡੇ ਹਲਕੇ ਦੇ ਲੋਕਾਂ ਦੇ ਵੀ ਨੇ, ਮਿਲਦੇ ਤਾਂ ਤੁਹਾਨੂੰ ਵੀ ਨਹੀਂ ਹੈਗੇ ਇਹ। ਸੋ ਜੇ ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਣਾ ਸੀ ਤਾਂ ਐਡੇ ਐਡੇ ਵਾਅਦੇ ਕਰਕੇ ਲੋਕਾਂ ਨਾਲ ਧੋਖਾ ਨਹੀਂ ਕਰਨਾ ਸੀ। ਲੋਕ ਇਸ ਗੱਲ ਦਾ ਜਵਾਬ ਮੰਗਣਗੇ ਔਰ ਤੁਹਾਨੂੰ ਜਵਾਬ ਦੇਣਾ ਪਊ।